ਪੂਨਮ ਸਿੰਘ ਨਗਰ ਦੇ ਸਮੂਹ ਨਗਰ ਵਾਸੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਆਪ ਸਭ ਜਿੰਨੇ ਵੀ ਇਲਾਕੇ ਦੇ ਨਿਵਾਸੀ ਹੋ ਸਾਰੇ ਹੀ ਜਾਣਦੇ ਹੋ ਕਿ ਨਸ਼ੇ ਦਾ ਰੁਝਾਨ ਸਾਰੇ ਹੀ ਪੰਜਾਬ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਫੈਲਿਆ ਹੋਇਆ। ਜਿਹਦੇ ਕਰਕੇ ਨੌਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ, ਸਰਕਾਰਾਂ ਆਪਣੇ ਪੱਧਰ ਤੇ ਜਿੰਨਾ ਕੁਛ ਕਰਦੀਆਂ ਕਰ ਰਹੀਆਂ ਨੇ ਉਹ ਠੀਕ ਆ, ਪਰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਹੜਾ ਵੀ ਕੋਈ ਸਾਡਾ ਕੋਈ ਬੱਚਾ ਕੋਈ ਬੱਚੀ ਕੋਈ ਨਸ਼ੇ ਦੇ ਜਾਲ ਦੇ ਵਿੱਚ ਫਸਿਆ ਹੋਇਆ ਉਹਨੂੰ ਕੱਢੀਏ। ਦੂਸਰੀ ਬੇਨਤੀ, ਇਲਾਕੇ ਦੇ ਵਿੱਚ ਜਿਹੜਾ ਵੀ ਕੋਈ ਮਾੜਾ ਅਨਸਰ ਗਲਤ ਬੰਦਾ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਕਰਦਾ, ਚਾਹੇ ਉਹ ਨਸ਼ਾ ਵੇਚਣ ਦਾ ਹੋਵੇ, ਚਾਹੇ ਉਹ ਕਿਸੇ ਦੀ ਧੀ ਭੈਣ ਪ੍ਰਤੀ ਮੰਦੀ ਸੋਚ ਰੱਖਣ ਵਾਲਾ ਹੋਵੇ, ਆਪਾਂ ਸਾਰਿਆਂ ਨੇ ਹੀ ਰਲ ਮਿਲ ਕਰਕੇ ਇਸ ਚੀਜ਼ ਦਾ ਵਿਰੋਧ ਕਰਨਾ। ਕਾਫੀ ਲੰਮੇ ਸਮੇਂ ਤੋਂ ਤੁਹਾਡੇ ਇਸ ਇਲਾਕੇ ਦੇ ਵਿੱਚ ਸਾਰਿਆਂ ਦੇ ਹੀ ਸਹਿਯੋਗ ਦੇ ਨਾਲ ਨੌਜਵਾਨਾਂ ਨੇ ਅੱਗੇ ਲੱਗ ਕਰਕੇ ਜਿਹੜਾ ਨਸ਼ਾ ਵੇਚਣ ਵਾਲੇ ਬੰਦੇ ਸਨ ਉਹਨਾਂ ਨੂੰ ਪ੍ਰੇਮ ਪਿਆਰ ਦੇ ਨਾਲ ਵਾਰਨਿੰਗਾਂ ਵੀ ਦਿੱਤੀਆਂ ਸੀ, ਸਮਝਾਇਆ ਵੀ ਸੀ, ਪਰ ਉਹ ਬੰਦੇ ਸ਼ਾਇਦ ਕਿਸੇ ਤਾਕਤ ਹੇਠ ਕੰਮ ਕਰਦੇ ਨੇ ਜਾਂ ਉਹ ਬੇਸ਼ਰਮ ਨੇ ਜਾਂ ਡਰਦੇ ਨੇ, ਜੋ ਵੀ ਉਹਨਾਂ ਦੀ ਸੋਚ ਆ, ਉਹ ਬੰਦੇ ਹਟੇ ਨੀ। ਅਜੇ ਵੀ ਉਹਨਾਂ ਦੇ ਕੋਲ ਬਾਹਰੀ ਬੰਦੇ ਆਉਂਦੇ ਨੇ ਨਸ਼ੇ ਦੇ ਵਾਸਤੇ। ਸੋ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਵੀ ਉਹ ਬੰਦੇ ਨੇ ਉਹ ਜਾਣਦੇ ਨੇ, ਉਹ ਆਪ ਜਾਣਦੇ ਨੇ ਉਹ ਕੌਣ ਨੇ, ਉਹਨਾਂ ਨੂੰ ਵੀ ਇਹ ਵਾਰਨਿੰਗ ਤਕੀਦ ਕੀਤੀ ਜਾਂਦੀ ਵੀ ਜਾਂ ਤਾਂ ਹਟ ਜਾਓ ਆਖਰੀ ਮੌਕਾ, ਇਸ ਤੋਂ ਬਾਅਦ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਾਈ ਜਾਵੇਗੀ। ਮੇਜਰ ਨਾਮਾ ਇੱਕ ਅਸੀਂ ਤੁਹਾਡੇ ਵਾਸਤੇ ਲਿਖਾਇਆ, ਜਿਹੜਾ ਮੇਜਰ ਨਾਮਾ ਸਮੂਹ ਮਹੱਲੇ ਵਾਲਿਆਂ ਦੇ ਨਗਰ ਨਿਵਾਸੀ ਸੰਗਤਾਂ ਦੇ ਸਾਈਨ ਕਰਾ ਕੇ ਸੰਬੰਧਿਤ ਪ੍ਰਸ਼ਾਸਨ ਨੂੰ ਦਿੱਤਾ ਜਾਏਗਾ, ਪ੍ਰਸ਼ਾਸਨ ਉਹਨਾਂ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੇਗਾ। ਜਿਹੜੀ ਗੱਲ ਸਬੂਤਾਂ ਦੀ ਆ, ਸਬੂਤ ਸਾਰੇ ਹੈਗੇ ਨੇ, ਪਤਾ ਸਾਰਿਆਂ ਦਾ ਹੀ ਆ ਵੀ ਕਿਹੜਾ ਕਿਹੜਾ ਬੰਦਾ ਕਰਦਾ। ਹਾਂ, ਬੁਰਾ ਬਣਨਾ ਔਖਾ ਹੁੰਦਾ, ਅੱਗੇ ਲੱਗਣਾ ਔਖਾ ਹੁੰਦਾ, ਪਰ ਜਿਹੜੇ ਨੌਜਵਾਨ ਅੱਗੇ ਲੱਗੇ ਨੇ ਉਹਨਾਂ ਦਾ ਮਕਸਦ ਨਾ ਤਾਂ ਇੱਥੇ ਪ੍ਰਧਾਨਗੀ ਲੈਣਾ, ਨਾ ਉਹਨਾਂ ਨੇ MLA ਬਣਨਾ, ਨਾ ਕੌਂਸਲਰ। ਉਹਨਾਂ ਦਾ ਮਕਸਦ, ਕਿਉਂਕਿ ਉਹਨਾਂ ਦੇ ਵੀ ਬੱਚੇ ਨੇ, ਉਹਨਾਂ ਦੇ ਵੀ ਬੱਚੇ ਜਵਾਨ ਹੋ ਰਹੇ ਨੇ, ਤੇ ਹੋ ਸਕਦਾ ਜੇ ਅੱਜ ਤੁਸੀਂ ਨਾ ਰੋਕਿਆ ਤੇ ਕੱਲ ਨੂੰ ਤੁਹਾਡੇ ਬੱਚੇ ਵੀ ਇਸ ਦਲਦਲ ਦੇ ਵਿੱਚ ਫਸ ਜਾਣਗੇ। ਸੋ ਇਹ ਜਿਹੜਾ ਮੇਜਰ ਨਾਮਾ ਲਿਖਾਇਆ ਗਿਆ ਵਾ, ਅੱਜ ਤੋਂ ਹੀ ਇਸ ਮੇਜਰ ਨਾਮੇ ਦੇ ਉੱਤੇ ਸਾਈਨ ਕਰਾਉਣੇ ਸ਼ੁਰੂ ਕੀਤੇ ਜਾ ਰਹੇ ਨੇ। ਤੁਹਾਨੂੰ ਸਾਰਿਆਂ ਨੂੰ ਬੇਨਤੀ ਆ, ਇਹ ਜਿਹੜਾ ਕੰਮ ਕੀਤਾ ਜਾ ਰਿਹਾ ਇਹ ਕਿਸੇ ਦੇ ਇੱਕ ਦਾ ਨਹੀਂ, ਇਹ ਤੁਹਾਡਾ ਸਾਰਿਆਂ ਦਾ, ਕਿਉਂਕਿ ਅੱਗ ਗਵਾਂਢੀਆਂ ਦੇ ਘਰ ਲੱਗੀ ਹੋਵੇ ਉਹ ਅੱਗ ਤੁਹਾਡੇ ਘਰ ਵੀ ਆਉਣੀ। ਜੇ ਅੱਜ ਗਵਾਂਢੀਆਂ ਦਾ ਬੱਚਾ ਨਸ਼ਾ ਕਰਦਾ, ਕੱਲ ਨੂੰ ਤੁਹਾਡਾ ਵੀ ਕਰਨਾ। ਜੇ ਅੱਜ ਗਵਾਂਢੀਆਂ ਦੀ ਧੀ ਭੈਣ ਪ੍ਰਤੀ ਕੋਈ ਗੰਦੀ ਸੋਚ ਰੱਖਦਾ, ਕੱਲ ਨੂੰ ਤੁਹਾਡੀ ਧੀ ਭੈਣ ਪ੍ਰਤੀ ਵੀ ਗੰਦੀ ਸੋਚ ਰੱਖੀ ਜਾਣੀ ਜੇ। ਸੋ ਇਸ ਕਰਕੇ ਬੇਨਤੀ ਆ, ਇਹਨਾਂ ਨੌਜਵਾਨਾਂ ਦਾ ਸਾਥ ਦਿਓ, ਆਪਣੇ ਇਲਾਕੇ ਦੇ ਵਿੱਚੋਂ ਇਹ ਗੰਦ ਬਾਹਰ ਕੱਢੋ, ਤਾਂ ਕਿ ਜਿਹੜੇ ਸਾਡੇ ਸਮਾਜ ਦੀ ਚੰਗੀ ਸਿਰਜਣਾ ਹੋ ਸਕੇ, ਸਾਡੇ ਬੱਚਿਆਂ ਦਾ ਭਵਿੱਖ ਵਧੀਆ ਹੋ ਸਕੇ। ਤੁਸੀਂ ਜਾਣਦੇ ਹੋ ਬੱਚਿਆਂ ਦੇ ਨਾਲ ਹਾਲਾਤ ਕੀ ਨੇ, ਟੀਨੇਜਰ ਬੱਚੇ ਨੇ, ਛੋਟੀ ਛੋਟੀ ਏਜ ਦੇ ਬੱਚੇ ਜਿਹੜੇ ਨਸ਼ੇ ਕਰ ਰਹੇ ਨੇ। ਸੋ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ, ਉਪਰਾਲਾ ਕਰਕੇ ਮੇਜਰ ਨਾਮਾ ਜਿਹੜਾ ਲਿਖਿਆ ਵਾ
ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਆ। ਇਸ ਮੁਹੱਲੇ ਦੇ ਵਿੱਚ ਜਿਹੜਾ ਤੁਹਾਡਾ ਮੁਹੱਲਾ ਹਲਕਾ ਦੱਖਣੀ 20 ਫੁੱਟ ਬਾਜ਼ਾਰ, ਇਹਦੇ ਵਿੱਚ ਜਿਹੜੇ ਵੀ ਤੁਹਾਡੇ ਮੁਹੱਲੇ ਦੇ ਬੰਦੇ ਨੇ ਉਹਨਾਂ ਦੇ ਖਿਲਾਫ ਇੱਕ ਮੇਜਰਨਾਮਾ ਲਿਖਿਆ ਗਿਆ। ਇਹ ਲੋਕ ਕਾਫੀ ਸਮੇਂ ਤੋਂ ਚਿੱਟੇ ਦਾ ਤੇ ਹੋਰ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਮੁਹੱਲੇ ਅਤੇ ਮੁਹੱਲੇ ਤੋਂ ਬਾਹਰ ਵੀ ਸ਼ਰੇਆਮ ਨਸ਼ਾ ਵੇਚ ਰਹੇ ਹਨ। ਇਹ ਲੋਕ ਮੁਹੱਲੇ ਵਿੱਚ ਅਤੇ ਮੁਹੱਲੇ ਤੋਂ ਬਾਹਰ ਲੰਮੇ ਸਮੇਂ ਤੋਂ ਨਸ਼ਾ ਵੇਚ ਰਹੇ ਹਨ। ਪੁਲਿਸ ਨੂੰ ਕਾਫੀ ਵਾਰ ਇਤਲਾਹ ਦਿੱਤੀ ਗਈ ਹੈ ਤੇ ਮੁਹੱਲੇ ਦੇ ਮੋਹਤਬਰਾਂ ਨੂੰ ਵੀ ਕਿਹਾ ਗਿਆ ਹੈ। ਮੁਹੱਲੇ ਦੇ ਮੋਹਤਬਰਾਂ ਨੇ, ਇਲਾਕਾ ਨਿਵਾਸੀ ਸੱਜਣਾ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਤੇ ਨਾ ਕਿਤੇ ਇਹ ਲੋਕ ਸਮਝੇ ਨਹੀਂ। ਸੋ ਇਸ ਕਰਕੇ ਅੱਜ ਮਜਬੂਰ ਹੋ ਕੇ ਇਹ ਮੇਜਰਨਾਮਾ ਤਿਆਰ ਕੀਤਾ ਗਿਆ ਹੈ। ਉਹਨਾਂ ਲੋਕਾਂ ਨੂੰ ਇਹ ਚੇਤਾਵਨੀ ਹੈ ਵੀ ਜਾਂ ਤਾਂ ਇਹ ਗਲਤ ਕੰਮ ਛੱਡ ਦਿਓ ਜਾਂ ਤੁਹਾਡੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਈ ਜਾਵੇਗੀ, ਕਿਉਂਕਿ ਤੁਹਾਡੇ ਇਸ ਨਸ਼ਾ ਵੇਚਣ ਦੇ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਤੇ ਨੌਜਵਾਨ ਬੱਚੇ ਗਲਤ ਕੰਮ ਕਰ ਰਹੇ ਨੇ, ਗਲਤ ਕੰਮਾਂ ਤੇ ਚੱਲ ਰਹੇ ਨੇ। ਪਰ ਇਹ ਲੋਕ ਕਿਸੇ ਦੀ ਗੱਲ ਨਹੀਂ ਮੰਨਦੇ ਤੇ ਜੇਕਰ ਕੋਈ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਉਲਟਾ ਉਹਨਾਂ ਨਾਲ ਲੜਾਈ ਝਗੜਾ ਤੇ ਗਾਲੀ ਗਲੋਚ ਕਰਦੇ ਹਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਅਤੇ ਚੋਰੀ ਦੇ ਕਈ ਕ੍ਰਿਮੀਨਲ ਮੁਕਦਮੇ ਚੱਲ ਰਹੇ ਹਨ। ਇਹਨਾਂ ਪਾਸੋਂ ਮੁਹੱਲੇ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਹਨ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲਗਭਗ ਸਾਰੇ ਹੀ ਮੁਹੱਲੇ ਵਾਲਿਆਂ ਨੇ ਸ਼ਿਕਾਇਤ ਜਿਹੜੀ ਆ ਇਹਨਾਂ ਦੇ ਖਿਲਾਫ ਕੀਤੀ ਆ। ਇਸ ਲਈ ਅਸੀਂ ਮੁਹੱਲੇ ਵਾਲੇ ਇਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਣਾ ਚਾਹੁੰਦੇ ਹਾਂ ਅਤੇ ਇਹਨਾਂ ਮੁਹੱਲੇ ਵਿੱਚ ਚਿੱਟਾ ਅਤੇ ਹੋਰ ਨਸ਼ੇ ਵੇਚ ਰਹੇ ਹਨ ਇਹਨਾਂ ਨੂੰ ਰੋਕਿਆ ਜਾਵੇਗਾ ਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਜਿਹੜਾ ਸਾਡਾ ਮੁਹੱਲਾ ਉਹਦੇ ਵਿੱਚ ਹਾਲਾਤ ਚੰਗੇ ਰਹਿਣ, ਸਾਡੇ ਬੱਚੇ ਜਿਹੜੇ ਨੇ, ਸਾਡੇ ਨੌਜਵਾਨ ਧੀਆਂ ਭੈਣਾਂ ਨੇ, ਉਹ ਇਸ ਚੀਜ਼ ਤੋਂ ਬਚ ਜਾਣ। ਸੋ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਨਸ਼ਾ ਵੇਚਦਾ ਹੈ, ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਕਰਦਾ ਹੈ, ਉਹਨੂੰ ਲਾਸਟ ਵਾਰਨਿੰਗ ਆ, ਜਾਂ ਤਾਂ ਉਹ ਹਟ ਜੇ ਤੇ ਜਾਂ ਫਿਰ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਮੇਜਰਨਾਮਾ ਤਿਆਰ ਕੀਤਾ ਗਿਆ ਹੈ, ਉਸ ਮੇਜਰਨਾਮੇ ਤੇ ਸਾਈਨ ਕਰਾ ਕੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ, ਜਥੇਬੰਦੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਕਿਉਂਕਿ ਇਹ ਮਸਲਾ ਹੁਣ ਤੁਹਾਡੇ ਸਿਰਫ ਮੁਹੱਲੇ ਦਾ ਨਹੀਂ, ਇਹ ਮਸਲਾ ਇਨਸਾਨੀਅਤ ਦਾ, ਇਹ ਮਸਲਾ ਧੀਆਂ ਪੁੱਤਾਂ ਦੇ ਭਵਿੱਖ ਦਾ। ਸੋ ਇਹਦੇ ਵਾਸਤੇ ਜਥੇਬੰਦੀਆਂ ਜਿਹਦੇ ਵਿੱਚ ਜਥਾ ਸਿਰਲਤ ਖਾਲਸਾ ਅੰਮ੍ਰਿਤਸਰ ਸਾਹਿਬ ਅਤੇ ਹੋਰ ਸਮੂਹ ਜਥੇਬੰਦੀਆਂ ਰਲ ਮਿਲ ਕਰਕੇ ਸਹਿਯੋਗ ਕਰ ਰਹੀਆਂ ਨੇ ਤੇ ਤੁਹਾਨੂੰ ਬੇਨਤੀ ਆ ਵੀ ਜੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੁੰਦੇ ਹੋ, ਆਓ ਰਲ ਮਿਲ ਕਰਕੇ ਹਮਲਾ ਮਾਰੀਏ। ਤੇ ਇਹ ਜਿਹੜੇ ਲੋਕ ਨੇ, ਅਸੀਂ ਕਿਸੇ ਦਾ ਅਜੇ ਨਾਮ ਨਹੀਂ ਲੈ ਰਹੇ, ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ਼ ਨਹੀਂ ਬੋਲਣਾ ਚਾਹੁੰਦੇ, ਪਰ ਜੇ ਉਹ ਲੋਕ ਨਹੀਂ ਹਟਦੇ ਫਿਰ ਉਹਨਾਂ ਨੂੰ ਨੰਗਿਆਂ ਵੀ ਕੀਤਾ ਜਾਵੇਗਾ, ਉਹਨਾਂ ਤੇ ਕਾਰਵਾਈਆਂ ਵੀ ਕਰਾਈ ਜਾਵੇਗੀਆਂ। ਜੇ ਡਾਂਗ ਫੇਰ ਦੀ ਲੋੜ ਪਈ ਤੇ ਡਾਂਗ ਵੀ ਫੇਰੀ ਜਾਊਗੀ। ਇਹਨਾਂ ਭੁਲੇਖਾ ਹੋਵੇ ਸ਼ਾਇਦ ਉਹਨਾਂ ਨੂੰ ਵੀ ਉਹ 2-4 ਬੰਦਿਆਂ ਨੂੰ ਦਬਕੇ ਮਾਰ ਕੇ ਦੱਬ ਲੈਣਗੇ। ਇੱਥੇ ਹੁਣ ਗੱਲ ਕਿਸੇ ਦੀ ਨਹੀਂ ਹੈਗੀ, ਗੱਲ ਇੱਥੇ ਬੱਚਿਆਂ ਦੇ ਭਵਿੱਖ ਦੀ ਆ। ਜੇ ਉਹ ਬੰਦੇ ਤਰੀਕੇ ਨਾਲ ਹਟ ਜਾਣਗੇ ਠੀਕ, ਕਾਨੂੰਨ ਕਾਰਵਾਈ ਕਰੂ ਤਾਂ ਵੀ ਠੀਕ, ਨਹੀਂ ਤੇ ਡਾਂਗ ਤਾਂ ਫਿਰ ਗੁਰੂ ਸਾਹਿਬ ਨੇ ਬਖਸ਼ੀ ਆ ਤੇ ਉਹ ਡਾਂਗ ਫੇਰੀ ਜਾਊਗੀ। ਸੋ ਬੇਨਤੀ ਆ, ਆਓ ਰਲ ਮਿਲ ਕਰਕੇ ਹਮਲਾ ਮਾਰੀਏ ਤੇ ਇਹ ਜਿੰਨੇ ਵੀ ਲੋਕ ਨੇ, ਤੁਸੀਂ ਜਿੰਨੇ ਵੀ ਸਾਰੇ ਵੀਰ ਭਰਾ ਆਓ, ਸਾਥ ਦਿਓ ਇਹਨਾਂ ਵੀਰਾਂ ਦਾ, ਕਿਉਂਕਿ ਆਪਣੇ ਕਿਸੇ ਕੰਮ ਘਰ ਦੇ ਵਾਸਤੇ ਨਹੀਂ ਤੁਰੇ, ਇਹ ਤੁਹਾਡੇ ਵਾਸਤੇ ਤੁਰੇ ਨੇ, ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਤੁਰੇ ਨੇ। ਜਿੰਨੀਆਂ ਵੀ ਤੁਸੀਂ ਮਾਵਾਂ ਹੋ, ਭੈਣਾਂ ਹੋ, ਧੀਆਂ ਹੋ, ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਇਹਨਾਂ ਵੀਰਾਂ ਦਾ ਸਾਥ ਦਿਓ ਤਾਂ ਕਿ ਤੁਹਾਡੇ ਮੁਹੱਲੇ ਦੇ ਵਿੱਚੋਂ, ਤੁਹਾਡੇ ਇਲਾਕੇ ਦੇ ਵਿੱਚੋਂ ਇਹ ਗੰਦ ਬਾਹਰ ਨਿਕਲ ਸਕੇ।
ਪ੍ਰਧਾਨ ਜੀ ਵਾਹਿਗੁਰੂ।